नमस्कार, जय श्री राम। आप सभी को कार्तिक पूर्णिमा और देव दीपावली की बहुत बहुत मुबारकबाद, शुभकामनाएं। आज मैं आया हूँ श्री वैष्णो धाम होशियारपुर में। यहाँ की ऐसी मान्यता है और यहाँ जिस जगह मैं खड़ा हूँ, जैसे कि आप देख रहे हैं, यहाँ लोग आकर अपना घर बनाते हैं, कोठी बनाते हैं। और ये मान्यता है कि जो भी कार्तिक पूर्णिमा के दिन यहाँ पर घर बनाएगा, उसका एक साल में घर बन जाता है। और यहाँ पर जो भजन संकीर्तन जो सारा कुछ हो रहा है, लोग जो दिए हुए हैं, जो पानी में जल प्रवाह कर रहे हैं, वो भी मैं आपको दिखाऊंगा। जो सारा कुछ यहाँ पर फंक्शन हो रहा है कार्तिक पूर्णिमा को, वो मैं दिखाऊंगा। और एक दफ़ा फिर देव दीपावली और कार्तिक पूर्णिमा की आपको सभी को मुबारकबाद, शुभकामनाएं। चैनल को लाइक कर लें, सब्सक्राइब कर लें और कमेंट में जय श्री राम जरूर लिखिए। जय श्री राम। Oh,
ਮੇਰੀਆਂ ਭੈਣਾਂ ਨੂੰ ਪਤਾ ਨਹੀਂ ਡਰ ਲੱਗਦਾ ਸਾਡੇ ਕੋਲ ਬਿਲਕੁਲ ਨੁੱਕਰ ਮੰਗੀ ਹੈ ਇੱਥੇ ਏਸੀ ਤਾਂ ਨਹੀਂ ਲੱਗਾ ਹੋਇਆ ਠੰਡਾ ਲੱਗਦਾ ਮੈਨੂੰ ਮੈਂ ਕਿਹਾ ਅੱਗੇ ਅੱਗੇ ਆ ਜਾਓ ਥੋੜ੍ਹਾ ਥੋੜ੍ਹਾ ਪਿੱਛੇ ਬਹੁਤ ਸੰਗਤਾਂ ਬੈਠਣ ਨੂੰ ਮਿਲਦੀਆਂ ਜਗ੍ਹਾ ਨਹੀਂ ਮਿਲਦੀ ਉਹਨਾਂ ਨੂੰ ਬੈਠਣ ਆ ਜਾਓ ਅੱਗੇ ਆ ਜਾਓ ਕੁਛ ਨਹੀਂ ਕਹਿੰਦੇ ਤੁਹਾਨੂੰ ਅਸੀਂ ਤੁਹਾਨੂੰ ਗੁਰਗਾਣੇ ਕਰਵਾਵਾਂਗੇ ਠਾਕੁਰ ਜੀ ਦੇ ਚਰਨਾਂ ਦਾ ਮਾਤਾ ਰਾਣੀ ਦੇ ਚਰਨਾਂ ਦਾ ਜੁੜਵਾਵਾਂਗੇ ਆਓ ਅੱਗੇ ਆ ਕੇ ਥੋੜ੍ਹਾ ਥੋੜ੍ਹਾ ਅੱਗੇ ਆ ਜਾਓ ਵ੍ਰਿੰਦਾਵਨ ਮੇ ਹੋਈ ਆਲ ਕੀ ਜੈ 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 ਮਜਰੰਗ ਬਲੀ Yeah.
ਉਹ ਥੋੜ੍ਹੀ ਰਹਿਣ ਤੋਂ ਥੋੜ੍ਹੀ ਦੇਰ ਚੱਲਣ ਤੋਂ ਕੋਈ ਨਹੀਂ ਉੱਥੇ ਇੱਕਦਮ ਹੀ ਕੱਢੋ। ਜੈ ਸ਼੍ਰੀ ਕ੍ਰਿਸ਼ਨ। ਹਾਂਜੀ ਕਿੰਨੇ ਦੀ ਇੱਟ ਹੈ ਇੱਦਾਂ ਜੀ? 10 ਰੁਪਏ ਦੀ ਇੱਕ ਇੱਟ ਹੈਗੀ ਹੈ, 100 ਦੀ 11 ਹੈਗੀਆਂ। ਠੀਕ ਹੈ, ਇਹ ਮਾਨਤਾ ਹਾਂਜੀ ਆਸਥਾ ਇਹ ਹੈਗੀ ਹੈ ਕਿ ਲੋਕ ਆ ਕੇ ਇੱਥੇ ਆਪਣੀਆਂ ਕੋਠੀਆਂ ਬਣਾਉਂਦੇ ਇੱਟਾਂ ਲਗਾ ਕੇ, ਉਹਨਾਂ ਦੀਆਂ ਜਿਹੜੀਆਂ ਇੱਛਾਵਾਂ ਹੈ ਉਹ ਜਲਦੀ ਪੂਰੀਆਂ ਹੋ ਜਾਂਦੀਆਂ, ਕਿਸੇ ਦੀ 6 ਮਹੀਨੇ ਕਿਸੇ ਦੀ ਸਾਲ 'ਚ, ਉਹ ਸਾਲ ਬਾਅਦ ਫਿਰ ਆਉਂਦੇ ਉਸੇ ਦਿਨ ਆ ਕੇ ਆਪਣਾ ਮਾਤਾ ਦਾ ਧੰਨਵਾਦ ਕਰਦੇ ਹੈਗੇ ਆ, ਔਰ ਸਾਨੂੰ ਦੱਸ ਕੇ ਜਾਂਦੇ ਹੈਗੇ ਆ, ਕੋਈ ਵੀ ਇੱਕ ਆਪਣੀ ਵੱਲੋਂ ਨਹੀਂ ਹੈ, ਲੋਕਾਂ ਦੀ ਦੱਸੀ ਹੋਈ ਗੱਲ ਹੈਗੀ ਆ ਕਿ ਇੱਦਾਂ ਉਹਨਾਂ ਦੀਆਂ ਆਸਾਂ ਪੂਰਾ ਹੁੰਦੀਆਂ। ਦੂਸਰਾ ਜਿਹੜੀਆਂ ਇੱਟਾਂ ਹੈਗੀਆਂ ਉਹਨਾਂ ਵਾਲੇ ਛੋਟਾ ਜਿਹਾ ਯੋਗਦਾਨ ਹੈਗਾ ਜਿਹੜੇ 'ਚ ਮਾਤਾ ਦੇ ਮੰਦਰ ਦੀ ਉਸਾਰੀ 'ਚ ਕੰਮ ਆਉਂਦਾ ਅਤੇ ਉਹ ਇੱਟਾਂ ਉੱਥੇ ਲਗਾਈਆਂ ਜਾਂਦੀਆਂ। ਬਿਲਕੁਲ ਠੀਕ ਹੈ, ਜੈ ਸ਼੍ਰੀ ਕ੍ਰਿਸ਼ਨ, ਜੈ ਮਾਤਾ ਜੀ। ਹਾਂਜੀ ਕਿ ਜੈਸੇ ਕਿ ਆਪ ਦੇਖ ਰਹੇ ਹਾਂ, ਯਹਾਂ ਲੋਕਾਂ ਨੇ ਆਪਣੀ ਮਾਨਤਾ ਕੇ ਅਨੁਸਾਰ ਯਹਾਂ ਕੀ ਮਾਨਤਾ ਜੋ ਯਹਾਂ ਘਰ ਬਣਾਤਾ ਹੈ ਉਨਕਾ ਇੱਕ ਸਾਲ ਮੇਂ ਘਰ ਬਣ ਜਾਤਾ ਹੈ, ਔਰ ਯਹਾਂ ਪਰ ਸਭੀ ਨੇ ਆਪਣੇ ਜੋ ਘਰ ਬਣਾਏ ਹੋਏ ਹੈ ਜੈਸੇ ਕਿ ਆਪ ਦੇਖ ਰਹੇ ਹੈ ਇੱਟੋਂ ਸੇ, ਔਰ ਕਹਾ ਜਾਤਾ ਹੈ ਕਿ ਇੱਕ ਸਾਲ ਮੇਂ ਘਰ ਬਣ ਜਾਤਾ ਹੈ। ਇਹ ਬਹੁਤ ਪਿਆਰੇ ਪਿਆਰੇ ਘਰ ਇਹਨਾਂ ਨੇ ਬਣਾਏ, ਆਪਕੋ ਦਿਖਾਤਾ ਹੂੰ ਮੈਂ, ਇਹ ਦੇਖੋ। ਹਾਂਜੀ ਹਾਂ ਹਾਂਜੀ, ਕੀ ਮਾਨਤਾ ਮਾਲੂਮ ਹੈ ਮਾਨਤਾ ਕਿਆ? ਇਹ
एक साल में घर बन जाता है जैसे, और आपने भी ये मन्नत मांगी है कि एक साल में घर बन जाएगा, जरूर बनेगा जी। बहुत सारे लोगों के बने हैं घर यहाँ पर। अब किसी लोगों से पूछते हैं अभी किसी का घर बना? हाँ जी, जय श्री। अच्छा जी, माता दी साडा घर बनया साल दे विच विच। अच्छा। ते की कहंदे नु आ मेरा सिस्टर आ चंडीगढ़ तो, ਉਹ ਆਪਣਾ ਘਰ ਬਣਾਉਣ ਮਤਲਬ ਚਾਹੁੰਦੇ ਆ ਮਾਤਾ ਰਾਣੀ ਕੋਲੋਂ, ਤੇ ਉਹ ਦੇਗੀ ਮਾਤਾ ਰਾਣੀ ਸਾਲ ਦੇ ਵਿੱਚ। ਬਹੁਤ ਵਧੀਆ, ਜੈਸੇ ਇਹ ਕਹਿ ਰਹੇ ਇੱਕ ਸਾਲ ਮੈਂ ਇਨਕਾ ਘਰ ਬਣ ਗਿਆ। ਅੱਗੇ ਪ੍ਰਾਰਥਨਾ ਆ। ਹਾਂ, ਔਰ ਇਹ ਚੰਡੀਗੜ੍ਹ ਸੇ ਆਪਣਾ ਘਰ ਬਣਵਾਨੇ ਕੇ ਯਹਾਂ ਇੰਟੋ ਸੇ ਆਪਣਾ ਘਰ ਬਣਵਾਨੇ ਆਏ ਹੈ, ਇਨਕਾ ਘਰ ਸਾਲ ਮੈਂ ਬਣ ਜਾਏ, ਐਸਾ ਹੀ ਹੈ ਜੀ? ਬਹੁਤ ਵਧੀਆ ਮਾਤਾ। ਇਹ ਮਾਡਲ। ਹਾਂ ਹਾਂ ਠੀਕ ਠੀਕ ਹੈ ਜੀ, ਆ ਜਾਓ ਬਣਾਓ ਘਰ ਦੇਖਦੇ। ਹਾਂ ਜੀ, ਇਹ ਦੇਖੀਏ ਬਹੁਤ ਸਾਰੇ ਘਰ ਬਣੇ ਹੋਏ ਆ। ਹਾਂਜੀ ਹਾਂਜੀ, ਇਹ ਦੇਖੀਏ ਬਣਾ ਲਈਏ ਘਰ, ਦੇਖੀਏ ਇਹ ਦੇਖੋ ਘਰ ਬਣ ਰਿਹਾ। ਔਰ ਇਹ ਦੇਖੀਏ ਘਰ, ਇਹ ਦੇਖੀਏ ਇਹਨਾਂ ਨੇ ਵੀ ਘਰ ਬਣਾ ਲਿਆ ਆਪਣਾ। ਹਾਂਜੀ ਬਣਾ ਲਈ ਆਪਣਾ ਘਰ, ਚਲੋ ਸਾਲ ਮੈਂ ਬਣ ਜਾ। ਅੱਛਾ ਜੀ, ਔਰ ਇਹਨਾਂ ਨੇ ਮਾਤਾ ਜੀ ਕੇ ਲਈ ਮੰਦਿਰ ਬਣਾਇਆ? ਓਕੇ, ਬਹੁਤ ਅੱਛਾ। ਔਰ ਆਪ ਸੋਚਦੇ ਕਿ ਮੰਦਿਰ ਵੀ ਬਣੇ ਮਾਤਾ ਕਾ? ਅੱਛਾ, ਬਿਲਕੁਲ ਬਹੁਤ ਅੱਛੀ ਸੋਚ ਆਈ। ਔਰ ਦੇਖ, ਹਾਂ ਇਨਕਾ ਘਰ ਬਣ ਚੁੱਕਾ ਹੈ ਪਹਿਲੇ, ਔਰ ਇਹ ਕਹਤੇ ਮਾਤਾ ਜੀ ਕੇ ਲਈ ਮੰਦਿਰ ਬਣਾ ਰਹੇ ਹੈ, ਇਹ ਕਿਤਨੀ ਅੱਛੀ ਸੋਚ ਹੈ। ਜੈ ਮਾਤਾ ਦੀ, ਜੈ ਮਾਤਾ। ਚਲੋ ਦੇਖਦੇ ਹਾਂ ਔਰ ਵੀ ਲੋਕਾਂ ਨੇ ਕਿਤਨੇ ਘਰ ਬਣਾਏ। ਜੈ ਮਾਤਾ ਦੀ, ਰਾਧੇ ਰਾਧੇ। ਘਰ ਬਣਾ ਲਈ ਆਪਨੇ? ਹਾਂ, ਬੜਾ ਸੁੰਦਰ ਘਰ ਬਣਾਇਆ, ਫੁੱਲ ਵੀ ਲਗਾਏ ਇਹਨਾਂ ਨੇ, ਹੈ ਨਾ? ਬੋਲੋ, ਬਣੇਗਾ ਜ਼ਰੂਰ ਬਣੇਗਾ ਬੱਚੇ। ਹਾਂ ਸ਼ਾਬਾਸ਼, ਬੱਚੋਂ ਕੀ ਤੋਂ ਪਹਿਲੇ ਸੁਣਤਾ ਹੈ। ਇਹ ਦੇਖੀਏ ਜੈ ਸ਼੍ਰੀ ਰਾਮ, ਇਹ ਦੇਖੇ ਘਰ, ਇਹ ਵੀ ਦਿਖਾਤਾ ਹੂੰ, ਦੇਖੇ ਕਿਤਨਾ ਸੁੰਦਰ ਘਰ ਬਣਾਇਆ। ਇਹਨਾਂ ਨੇ ਝੰਡਾ ਵੀ ਲਗਾਇਆ ਹੈ, ਰਾਧੇ ਰਾਧੇ ਜੈ ਸ਼੍ਰੀ ਰਾਮ। ਬੜਾ ਪਿਆਰਾ ਘਰ ਹੈ ਜੀ, ਇਹ ਦੇਖੀਏ, ਇਹ ਦੇਖੀਏ। ਜੈਸੇ ਕਿ ਆਪ ਦੇਖ ਰਹੇ ਹਾਂ ਸਾਰੇ ਘਰ ਬਣ ਰਹੇ ਹੈ। ਇਹ ਦੇਖੇ ਘਰ ਬਣ ਚੁੱਕੇ ਜੋ, ਘਰ ਬਣਾ ਰਹੇ ਹੈਂ। ਬਣ ਗਿਆ ਬਣ ਗਿਆ ਬਣ ਗਿਆ ਦੇਖਿਆ।